ਤੁਸੀਂ ਵੇਖਿਆ ਕਿ ਕਾਂਗਰਸ ਨੂੰ ਕੋਹਿਨੂਰ ਦੀ ਸ਼ਕਲ ਦੇ ਵਿੱਚ ਇੱਕ ਹੋਰ ਮੁੱਦਾ ਮਿਲ ਗਿਆ ਜਿਸ ਨਾਲ ਉਹ ਅਕਾਲੀ ਭਾਜਪਾ ਸਰਕਾਰ ਨੂੰ ਘੇਰਦੀ ਨਜ਼ਰ ਆ ਰਹੀ ਹੈ। ਹੁਣ ਇਸੇ ਮੁੱਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਨਲ ਸੀਡੀ ਸਿੰਘ ਕੰਬੋਜ ਫੋਨ ਉੱਤੇ ਜੁੜ ਚੁੱਕੇ ਨੇ। ਹਾਂਜੀ ਕੰਬੋਜ ਸਾਹਿਬ, ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਜਾਂ ਭਾਰਤ ਲਈ ਵਾਕਿਆ ਹੀ ਕੋਹਿਨੂਰ ਹੀਰਾ ਵਾਪਸ ਲਿਆਉਣਾ ਜ਼ਰੂਰੀ ਹੈ? ਦੇਖੋ, ਕੋਹਿਨੂਰ ਹੀਰਾ ਸਾਡੀ ਵਿਰਾਸਤ ਹੈ ਜੀ। ਕੋਹਿਨੂਰ ਹੀਰਾ ਸਾਡਾ ਹੈ ਜੀ, 13ਵੀਂ ਸਦੀ ਤੋਂ ਇੰਡੀਆ ਦਾ ਹੈ ਜੀ। ਤੋ ਜੇ ਸਾਡਾ ਕੋਈ ਸਮਾਨ ਲੁੱਟ ਕੇ ਲੈ ਗਿਆ ਹੈ ਜੀ, ਤੇ ਸਾਡਾ ਹੱਕ ਬਣਦਾ ਹੈ, ਸਾਡਾ ਫਰਜ਼ ਬਣਦਾ ਹੈ ਕਿ ਉਹਨੂੰ ਉੱਥੇ ਵਾਪਸ ਲੈ ਕੇ ਆਈਏ ਜੀ। ਕਮੋ ਜੀ, ਜੇ ਵਿਰਾਸਤ ਦੀ ਗੱਲ ਕਰੀਏ ਤਾਂ ਕੋਹਿਨੂਰ ਉੱਤੇ ਅਸਲ ਹੱਕ ਕਿਹਦਾ ਹੈ? ਕਿਉਂਕਿ ਹੀਰਾ ਅਸਲ ਦੇ ਵਿੱਚ ਅਫਗਾਨਿਸਤਾਨ ਦੇ ਸਾਜੂਆ ਦਾ ਸੀ, ਭਾਵੇਂ ਕਿ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਕਿਵੇਂ ਨਾ ਕਿਵੇਂ ਉਹਦੇ ਮਾਲਕ ਬਣ ਗਏ। ਕਿਵੇਂ ਤੁਹਾਨੂੰ ਕੀ ਲੱਗਦਾ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ ਜੀ। ਦੇਖੋ, ਜੇ ਤੁਸੀਂ ਸ਼ਾਹ ਸ਼ੁਜਾ ਦੀ ਗੱਲ ਕਰਦੇ ਹੋ ਜੀ, ਤੇ ਸ਼ਾਹ ਸ਼ੁਜਾ ਜਦੋਂ ਅਫਗਾਨਿਸਤਾਨ ਤੋਂ ਭੱਜਿਆ ਜੀ, ਤਾਂ ਉਹਨੇ ਆ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਹ ਕੋਹਿਨੂਰ ਹੀਰਾ ਭੇਟ ਕੀਤਾ ਜੀ। ਲੇਕਿਨ ਅੰਗਰੇਜ਼ਾਂ ਨੇ ਜਦੋਂ ਲਾਹੌਰ ਸੰਧੀ ਕੀਤੀ ਤਾਂ ਉਹਦੇ ਵਿੱਚ ਜਿਹੜਾ ਨੰਬਰ 3 ਸੀ ਕਿ ਇਹ ਜਿਹੜਾ ਹੈ ਉਹਨੂੰ ਸਰੈਂਡਰ ਕੀਤਾ ਜਾਏਗਾ ਜੀ। ਤੇ ਫਿਰ ਲਾਰਡ ਰਾਜੀ ਨੇ, ਦਲੀਪ ਸਿੰਘ ਹੋਣੀ 13 ਸਾਲ ਦੇ ਸੀ ਜੀ, ਉਹਨਾਂ ਨੂੰ ਇਸ ਕਰਕੇ ਵੀ ਉਹਨੂੰ ਭੇਟਾ ਦਿੱਤੀ ਜਾ ਰਹੀ ਹੈ, ਇਸ ਕਰਕੇ ਉਹਨਾਂ ਨੂੰ ਉੱਥੋਂ ਇੰਗਲੈਂਡ ਲੈ ਕੇ ਗਏ ਔਰ ਉਹਨਾਂ ਕੋਲੋਂ ਭੇਟਾ ਕਰਵਾਈ। ਪਰ ਸੰਧੀ ਦੇ ਵਿੱਚ ਲਿਖਿਆ ਗਿਆ ਕਿ ਇਹ ਜਿਹੜਾ ਕੋਹਿਨੂਰ ਹੀਰਾ ਹੈ ਇਹ ਸਰੈਂਡਰ ਕੀਤਾ ਜਾਏਗਾ ਜੀ। ਤੇ ਜਦੋਂ ਦੈਟ ਮੀਨਸ ਇਟ ਵਾਜ਼ ਅ ਲੂਟ ਜਿਹੜੀ ਉਹਨਾਂ ਨੇ ਜਦੋਂ ਸੈਕੰਡ ਐਂਗਲੋ ਸਿੱਖ ਵਾਰ ਹੋਈ ਜੀ, ਉਸ ਤੋਂ ਬਾਅਦ ਮਜਬੂਰੀ ਜਿਹੜੀ ਸੰਧੀ ਕੀਤੀ ਉਹਦੇ 'ਚ ਲਿਖਿਆ ਕਿ ਕੋਹਿਨੂਰ ਹੀਰਾ ਦਿੱਤਾ ਜਾਏਗਾ, ਸਰੈਂਡਰ ਕੀਤਾ ਜਾਏਗਾ ਜੀ। ਕਮੋ ਸਾਹਿਬ, ਸਾਡੇ ਨਾਲ ਗੱਲ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।